ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਤੁਸੀਂ ਵਧੀਆ ਹੋਵੋਗੇ। ਅਤੇ ਅੱਜ ਫਿਰ ਆਪਾਂ ਤੁਹਾਨੂੰ ਘੈਂਟ ਲੋਕੇਸ਼ਨ 'ਤੇ ਲੈ ਕੇ ਚੱਲੇ ਹਾਂ। ਅਤੇ ਅੱਜ ਸਾਡੇ ਮੇਰੇ ਯਾਰ ਦੀ ਇੱਕ ਪੀ ਆਰ ਹੋਈ ਹੈ, ਪੀ ਆਰ ਸਪੇਨ ਵਿੱਚ ਪੱਕਾ ਹੋ ਗਿਆ। ਅਤੇ ਤੁਹਾਨੂੰ ਆਪਾਂ ਫਿਰ ਦਿਖਾਉਂਦੇ ਹਾਂ ਕਿਹੜਾ ਯਾਰ ਪੱਕਾ ਹੋਇਆ। ਭਾਜੀ ਆਪਾਂ ਆਪਣੇ ਯਾਰ ਕੋਲ ਪਹੁੰਚ ਗਏ ਹਾਂ, ਬੈਨੀ ਕੋਲ। ਅਤੇ ਬੈਨੀ ਵਾਲੇ ਆਪਾਂ ਕਿੱਥੇ ਚੱਲੇ ਹਾਂ? ਅੱਜ ਆਪਾਂ ਚੱਲੇ ਕੰਪਰ ਤੋਂ ਰੈਜੀਡੈਂਸੀ ਲੈਣ। ਬੈਨੀ ਹੋ ਗਿਆ ਪੱਕਾ, ਪੰਜ ਸਾਲ ਦਾ ਕਾਰਡ ਮਿਲ ਗਿਆ ਭਰਾ ਨੂੰ। ਅਤੇ ਭਰਾ ਕੀ ਖਵਾਏਗਾ ਅੱਜ? ਫਿਰ ਪਾਰਟੀ ਹੋ ਗਈ ਤੇਰੇ ਵੱਲ ਤੇ? ਪਾਰਟੀ ਜੋ ਮਰਜ਼ੀ ਖਾਓ। ਸਟਾਰ ਵੀ ਇੱਥੇ ਚੱਲੀਏ ਪਾਰਟੀ ਕਰਨ? ਨਹੀਂ ਜੀ, ਸਟਾਰ ਨਹੀਂ ਲੱਗਣਾ। ਸਟਾਰ ਤੇ ਕਦੋਂ ਨਹੀਂ ਜਾਣਾ ਆਪਾਂ? ਜਾਣਾ ਸਟਾਰ ਤੋਂ ਵਧੀਆ ਲੱਗ ਜਾਂਦੇ ਕਿਤੇ ਹੋਰ। ਬ੍ਰੇਕਫਾਸਟ ਹੋਰ ਚੱਲਾਂਗੇ। ਸਟਾਰ ਵਿੱਚ ਪੀਜ਼ਾ ਵਾ ਇਹ ਖਾਣਾ ਸਵੇਰੇ? ਪੀਜ਼ਾ ਪੂਜਾ ਨਹੀਂ ਆਪਾਂ ਖਾਣਾ, ਬ੍ਰੇਕਫਾਸਟ ਵਿੱਚ ਚਾਹ ਪਾਣੀ ਪੀਣ ਲਾਉਣੇ ਵਧੀਆ ਜਿਹਾ। ਕਿੱਥੇ? ਉੱਥੇ ਪਹਾੜ ਦੇ ਉੱਤੇ ਜਿਹੜੀ ਬਾਰ ਹੈ ਉੱਥੇ ਰੁਕਾਂਗੇ ਹੁਣ ਆਪਾਂ ਜਾ ਕੇ। ਪਹੁੰਚਦੇ ਜਾਈਏ। ਚਲੀਏ ਪਹੁੰਚੇ, ਥੋੜਾ ਜਿਹਾ ਟਾਈਮ ਰਹਿ ਗਿਆ ਪਹੁੰਚਣ ਨੂੰ। ਤੁਸੀਂ 10-15 ਮਿੰਟ ਦਾ ਰਾਹ ਰਹਿ ਗਿਆ। ਨਹੀਂ ਨਹੀਂ ਪਿਆ ਟਾਈਮ, ਅਜੇ ਨਹੀਂ ਹੈਗਾ ਟਾਈਮ। ਚਲੋ ਕੋਈ ਨਹੀਂ, ਫਿਰ ਉੱਥੇ ਮਿਲਦੇ ਤੁਹਾਨੂੰ ਜਾ ਕੇ ਬਾਹਰ। ਬ੍ਰੇਕਾਂ ਲੱਗ ਗਈਆਂ ਨੇ? ਆਹੋ ਜਾਮ ਲੱਗ ਗਿਆ ਮੂਰੇ ਲੱਗਦਾ। ਕੋਈ ਨਹੀਂ, ਤੁਹਾਨੂੰ ਬਾਹਰ ਤੇ ਜਾ ਕੇ ਮਿਲਦੇ ਆ। ਚੰਗਾ ਫਿਰ। ਲਓ ਜੀ ਆਪਾਂ ਫਸ ਚੁੱਕੇ ਹਾਂ ਜਾਮ ਵਿੱਚ, ਤੁਸੀਂ ਵੇਖ ਸਕਦੇ ਹੋ। ਉਹ ਅੱਗੇ ਤੱਕ ਬਹੁਤ ਜਾਮ ਲੱਗਿਆ ਅਤੇ ਸਾਡੇ ਪਿੱਛੇ ਵੀ ਵੇਖ ਸਕਦੇ ਕਿੰਨੀਆਂ ਗੱਡੀਆਂ ਖੜੀਆਂ। ਲਓ ਚੱਲ ਕੇ ਲੱਗਦਾ ਜਾਮ ਸ਼ਾਇਦ, ਪਰ ਜਾਮ ਅੱਧਾ ਘੰਟਾ ਹੋ ਗਿਆ ਸਾਨੂੰ ਜਾਮ ਵਿੱਚ ਹੀ ਖੜ੍ਹੇ ਨੂੰ। ਗਾਵਾਂ ਕਿਤੇ ਖੜੀਆਂ ਉੱਤੇ ਪਹਾੜਾਂ ਉੱਤੇ। ਫਿਰ ਕਿਤੇ ਸੋਹਣੇ ਘਰ ਆ ਨਾ ਇੱਥੇ ਵੀ ਸਕਦੇ, ਬਹੁਤ ਜ਼ਿਆਦਾ ਸੋਹਣੇ ਸੋਹਣੇ ਘਰ ਇੱਥੇ। ਪਿੰਡਾਂ ਦਾ ਨਾਮ ਮੋਹਿਓ, ਮੋਹਿਓ ਪਿੰਡ ਦਾ ਨਾਮ ਕੰਪਰ ਤੋਂ ਫਰਾਂਸ ਵੀ ਬਹੁਤ ਨੇੜੇ ਰਹਿ ਗਿਆ। ਚਾਰ ਫਰਾਂਸ 5 ਕਿਲੋਮੀਟਰ 5 ਕਿਲੋਮੀਟਰ ਆ ਸਿਰਫ ਫਰਾਂਸ ਇੱਥੋਂ ਦੀ। ਸਾਹਮਣੇ ਸਿੱਧਾ ਫਰਾਂਸ ਆ? ਉਹ ਜਿਹੜੀ ਪਹਾੜੀ ਵੇਖ ਰਹੇ ਪਿਛਲੇ ਪਾਸੇ, ਉਹ ਫਰਾਂਸ ਦੀ ਪਹਾੜੀ ਹੈ। ਅਤੇ ਅਮੇਰੀਕਾ ਲਾਸਟ ਪੇਂਟ ਕਦੋਂ ਆਉਣਾ ਸਪੇਨ ਦਾ? ਅਮੇਰੀਕਾ ਇਸ ਤੋਂ ਜਿਹੜਾ ਅਗਲਾ ਪਿੰਡ ਆ ਉਹ ਲਾਸਟ ਸਪੇਨ ਦਾ। ਸਪੇਨ ਦਾ ਵੇਖ ਸਕਦੇ ਵਿਊ ਕਿੰਨਾ ਵਧੀਆ ਹੈ ਏਰੀਏ ਵਿੱਚ, ਲਾਸਟ ਪਿੰਡਾਂ ਵਿੱਚ ਪਹਾੜੀ ਏਰੀਆ ਸਾਰਾ। ਲਓ ਜੀ ਉਹ ਚਲਾ ਗਿਆ ਪੀ ਆਰ ਕਾਰਡ ਲੈਣ। ਉਹ ਪਿੱਛੇ ਵੇਖ ਸਕਦੇ ਤੁਸੀਂ, ਉਹ ਜਾਂਦਾ ਪਿਆ ਪੀ ਆਰ ਕਾਰਡ ਲੈਣ। ਅਤੇ ਉਹ ਸਾਹਮਣੇ ਪੁਲਿਸ ਸਟੇਸ਼ਨ ਹੈ, ਉੱਥੋਂ ਪੀ ਆਰ ਕਾਰਡ ਮਿਲਦਾ ਹੈ। ਅਤੇ ਕਹਿ ਮੇਰੇ ਨਾਲ ਵਿਸ਼ਾਲ, ਅਤੇ ਪਿੱਛੇ ਵਿਊ ਵੇਖ ਸਕਦੇ ਬੜਾ ਘੈਂਟ ਆ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਕੰਪਰਦੋਨ, ਪਿੰਡ ਦੇ ਵਿੱਚ ਸੈਂਟਰ ਦੇ ਵਿੱਚ ਆਪਾਂ। ਅਤੇ ਸੈਂਟਰ ਵੀ ਬਹੁਤ ਵਧੀਆ ਇਹ ਪਿੰਡ ਦਾ। ਅਤੇ ਆਹ ਵੇਖ ਸਕਦੇ ਮੇਰੇ ਨਾਲ ਹੌਲੀ ਹੌਲੀ ਦੋ ਮੁੰਡੇ ਕੀ ਰਾਵਾਂ ਕਦ ਚੱਲਾਂ। ਲਓ ਜੀ ਅਗਰ ਇੱਥੇ ਨਵੰਬਰ ਦਸੰਬਰ ਹੁੰਦਾ ਉਹ ਸਾਹਮਣੇ ਪਹਾੜਾਂ ਵਿੱਚ ਬਰਫ਼ ਪੈਣੀ ਸੀ ਇਸ ਟਾਈਮ। ਤੁਸੀਂ ਵੇਖ ਸਕਦੇ ਬੜਾ ਘੈਂਟ ਸੈਂਟਰ ਹੈ ਇੱਥੇ ਦਾ। ਲਓ ਜੀ ਆ ਗਿਆ ਚਰਚ ਹੈ ਪਿੰਡ ਦਾ, ਜੋ ਵੇਖੋ ਨਹਿਰ ਕਿੱਡੀ ਸੋਹਣੀ ਹੈ। ਚਲ ਫਿਰ ਬਾਹਰ ਤੇ ਚੱਲੇ ਜਿਹੜੇ ਉਹ ਉੱਥੇ ਵੇਖ ਸਕਦੇ ਕਿੰਨਾ ਘੈਂਟ ਵਿਊ ਹੈ ਇੱਥੇ ਦਾ। ਉਹ ਵੇਖ ਸਕਦੇ ਬੰਦੇ ਖੜੇ ਉੱਥੇ, ਇਧਰੋਂ ਚੱਲ ਇਧਰੋਂ ਹੀ ਹੋਣਾ ਰਾਹ। ਇੱਥੇ ਨਹਾਉਂਦਾ ਰਿਹਾ ਗਰਮੀਆਂ ਜਾਣ ਕੇ? ਚੱਲ ਵਧੀਆ ਹੋਵੇ, ਕੋਈ ਨੀ। ਪਾਣੀ ਦੇਖ ਸਕਦੇ ਕਿੱਡਾ ਸਾਫ਼ ਪਾਣੀ ਆ। ਓਏ ਉੱਥੇ ਫੋਟੋ ਖਿਚਾਵਾਂਗੇ ਉਹ ਬ੍ਰਿਜ ਉੱਤੇ ਚੜ੍ਹ ਕੇ, ਹੁਣ ਆਪਾਂ ਫੋਟੋ ਖਿਚਾਉਣੀ ਆ ਬ੍ਰਿਜ 'ਤੇ ਚੜ੍ਹ ਕੇ। ਪੇਰੋ ਖੇਰੀਆ ਵਾਲ ਕੱਟਣ ਵਾਲੀ ਦੁਕਾਨ, ਇਸ ਯੋਗਾ ਇਹਦਾ ਮਤਲਬ ਹੈ ਘਰ ਵੇਚਣ ਵਾਸਤੇ ਲਾਏ ਇਹਨਾਂ ਨੇ ਇਸ ਯੋਗਾ ਦਾ ਮਤਲਬ।
ਹੁਣ ਆਪਾਂ ਆਏ ਹਾਂ ਇਹ ਬਾਰ ਵਿੱਚ। ਇਹ ਬਾਰ 'ਚ ਆਪਾਂ ਕੈਫੇ ਪੀਣ ਲੱਗੇ ਹਾਂ। ਦੇਖ ਸਕਦੇ ਬਾਰ ਵੀ ਬੜੀ ਪੁਰਾਣੇ ਪੁਰਾਣੇ ਡਿਜ਼ਾਇਨਿੰਗ ਵਿੱਚ ਬਣਾਈ ਹੈ। ਪੁਰਾਣੀ ਫੋਟੋਆਂ ਕੁਛ ਹੈ ਪੇਂਟ ਦੀਆਂ ਅਤੇ ਇਹਨਾਂ ਨੇ ਪੀਣ ਪੂਣ ਲਾਇਆ। ਨਜ਼ਾਰੇ ਪੂਰੇ ਮਾਮਾ, ਪੇਂਟ ਬਹੁਤ ਵਧੀਆ। ਪੇਂਟ ਨਹੀਂ ਵਧੀਆ, ਨਜ਼ਾਰੇ ਨੀ ਲਾਗੇ ਲਾਗੇ ਪਿੰਡ ਘੁੰਮਣੇ ਚਾਹੀਦੇ। ਪੇਂਟ ਬਹੁਤ ਸੋਹਣੇ ਆ ਇੱਥੇ ਵੈਸੇ, ਹੈ ਉਹ ਤੇ ਰੋਜ਼ਾ ਚੱਲਨੇ ਆ। ਆਹ ਵੇਖ ਸਕਦੇ ਵਿਊ ਕਿੰਨਾ ਘੈਂਟ ਆ ਇੱਥੇ। ਆਹ ਵੇਖ ਸਕਦੇ ਲਵਰਾਂ ਨੇ ਤਾਲੇ ਲਾ ਲਾ ਚਾਬੀਆਂ ਦੇ ਵਿੱਚ, ਵਿਊ ਇਹਦੇ ਵਿੱਚ ਸੱਟੀਆਂ ਰਿਵਰ ਵਿੱਚ। ਹੁਣ ਆਪਾਂ ਚੱਲੇ ਹਾਂ ਕੋਲ ਤੇ। ਕਿਤੇ ਕਿਤੇ ਚੜੀਆਂ ਹੋਈਆਂ ਉਸ ਜਗ੍ਹਾ ਤੋਂ। ਤੁਸੀਂ ਵਿਊ ਵੇਖ ਸਕਦੇ ਹੋ, ਹੋਰ ਵੀ ਬਹੁਤ ਘੈਂਟ ਆ ਗਿਆ। ਆਪਾਂ ਜਿੰਨੀ ਉੱਪਰ ਆਈ ਜਾਂਦੇ ਹਾਂ ਉਹਨਾਂ ਵਿਊ ਬਹੁਤ ਵਧੀਆ ਆਉਂਦਾ ਪਿਆ। ਤੁਸੀਂ ਵੇਖ ਸਕਦੇ ਹੋ ਇੱਥੇ ਉਹ ਰਿਵਰ ਅਲੋਤ ਨੂੰ ਜਾਂਦੀ ਹੈ ਨਾ, ਆਪਣੇ ਪਿੰਡ ਵੱਲ ਨੂੰ ਜਾਂਦੀ ਹੈ। ਵੇਖ ਸਕਦੇ 30-34 ਕਿਲੋਮੀਟਰ ਸਾਡਾ ਇੱਥੋਂ ਦੀ ਪਿੰਡ ਆ ਅਤੇ ਇਹ ਰਿਵਰ ਉੱਥੇ ਜਾਂਦੀ ਹੈ ਸਿੱਧੀ। ਆਹ ਫੋਟੋ ਸਫਾਈ ਸੀ ਪਿੰਡ ਵਿੱਚ ਕਲਿੱਕ ਕੀਤੀਆਂ। ਉਹ ਵੇਖ ਸਕਦੇ ਤੁਸੀਂ ਟੈਂਟ ਲਾਉਣ ਲੱਗੇ, ਕੋਈ ਪ੍ਰੋਗਰਾਮ ਹੋਣਾ ਇੱਥੇ ਉਸ ਕਰਕੇ ਟੈਂਟ ਲਾਉਣ ਲੱਗੇ ਆ। ਲੋ ਹੈ ਇਹਨਾਂ ਦੀ ਫੋਟੋ ਖਿੱਚਣ ਲੱਗ ਗਿਆ ਵੱਡਿਆਂ ਦੀ। ਨੋ ਨੋ ਜਿਨ੍ਹਾਂ ਦਾ ਲੋ ਜੀ ਮੁੰਡੇ ਨੂੰ ਮਿਲ ਗਿਆ ਪਰਮਾਨੈਂਟ PR ਅਤੇ ਹੁਣ ਆਪਾਂ ਕਰਾਂਗੇ ਸ਼ਾਮੀ ਫੰਕਸ਼ਨ ਪਾਰਟੀ। ਅਤੇ ਅਗਰ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ।